ਜਨਾਬ ਦਾ ਇੱਕੋ ਇੱਕ ਸ਼ੌਕ ਹੈ ਕਿ ਕਿਸੇ ਵੀ ਤਰ੍ਹਾਂ ਆਈਲੈਟਸ ਕਰਕੇ ਕੈਨੇਡਾ ਦੀ ਧਰਤੀ ਤੇ ਪਹੁੰਚਾ ਜਾਵਾਂ। Your hometown, please? Hometown? I live in Pind Lachkani. It has so many beautiful things, ma'am. ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ ਨਾ ਜੀ, ਉਹ ਇੰਗਲਿਸ਼ ਚ ਸਮਝਾ ਨਹੀਂ ਸਕਦਾ। ਇੱਕ ਸਮਾਂ ਸੀ ਜਦ ਪੰਜਾਬ ਵਿਦੇਸ਼ੀਆਂ ਲਈ ਸਭ ਤੋਂ ਪਸੰਦੀਦਾ ਜਗ੍ਹਾ ਘੁੰਮਣ ਲਈ ਸੀ, ਪਰ ਅੱਜ ਕੱਲ ਦ੍ਰਿਸ਼ ਬਿਲਕੁਲ ਹੀ ਬਦਲ ਚੁੱਕਾ ਹੈ, ਜਿਵੇਂ ਕਿ ਜ਼ਿਆਦਾਤਰ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਫਸ ਰਹੇ ਹਨ ਅਤੇ ਜੋ ਹਾਲੇ ਵੀ ਇੱਥੇ ਹਨ ਉਹ ਉੱਥੇ ਜਾਣਾ ਚਾਹੁੰਦੇ ਹਨ। ਇਸੇ ਕਹਾਣੀ ਨੂੰ ਵੱਡੇ ਪਰਦੇ 'ਤੇ ਲੈ ਕੇ ਆ ਰਹੇ ਹਨ ਡਾਇਰੈਕਟਰ ਦੇਵੀ ਦੱਤ ਅਤੇ ਆਪਣੀ ਨਵੀਂ ਫਿਲਮ ਜੱਟ ਵਰਸਿਸ ਆਈਲੈਂਡ। ਲਖਵਿੰਦਰ ਸਿੰਘ, ਬੈਸਟ ਆਈਲੈਟਸ ਇੰਸਟੀਟਿਊਟ ਦੇ ਮੈਨੇਜਿੰਗ ਡਾਇਰੈਕਟਰ। ਗੁਰੂ ਜੀ, ਉਹ ਮਾਮਾ ਕਾ ਫੋਨ ਆਇਆ ਥਾ, ਪੁੱਛ ਰਹੇ ਥੇ ਆਈਲੈਟਸ ਕੀ ਫੁੱਲ ਫਾਰਮ ਕਿਆ ਹੋਤੀ ਹੈ ਜੀ। ਮੈਂ ਕਿਵੇਂ ਦੱਸਾਂ ਤੁਹਾਨੂੰ, ਮੇਰੇ ਤੇ ਆਪਣੇ 3.5 ਬੈਂਡ ਆਏ ਸੀ। ਜੋ ਇੱਕ ਲੜਕੇ ਦੀ ਕਹਾਣੀ ਹੈ ਜੋ ਕਿ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਜਾਣਾ ਚਾਹੁੰਦਾ ਹੈ। ਹੋ ਵੀ ਗਿਆ, ਜਾ ਕੇ ਉੱਥੇ ਨਾਲੀਆਂ ਹੀ ਸਾਫ਼ ਕਰਦੀਆਂ ਨੇ। ਬਾਪੂ ਜੀ, ਕੈਨੇਡਾ ਨਾਲੀਆਂ ਨਹੀਂ ਹੈਗੀਆਂ, ਉੱਥੇ ਸੀਵਰੇਜ ਹੈ। ਰਵਨੀਤ ਸਿੰਘ ਇਸ ਫਿਲਮ ਵਿੱਚ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਐਕਟਿੰਗ ਦੇ ਸਫ਼ਰ ਦੀ ਸ਼ੁਰੂਆਤ ਕਰਨਗੇ। ਉਹਨਾਂ ਨਾਲ ਗੁਰਪ੍ਰੀਤ ਘੁੱਗੀ ਅਤੇ ਖੁਸ਼ੀ ਮਲਹੋਤਰਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਦੀਪ ਸਹਿਗਲ, ਹੋਬੀ ਧਾਲੀਵਾਲ, ਅਨੀਤਾ ਦੇਵਗਨ ਖਿਆਲੀ ਅਤੇ ਸੁਖਬੀਰ ਬਾਠ, ਜਸਵੰਤ ਮਿੰਟੂ ਖਾਸ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਮੂਵੀ ਨੂੰ ਡਾਇਰੈਕਟ ਕੀਤਾ ਹੈ ਦੇਵੀ ਦੱਤ ਨੇ, ਜਿਨ੍ਹਾਂ ਨੇ ਇਸ ਫਿਲਮ ਦੀ ਕਹਾਣੀ ਵੀ ਲਿਖੀ ਹੈ। ਫਿਲਮ ਦੀ ਪੂਰੀ ਕਹਾਣੀ ਲਿਖਣ ਵਿੱਚ ਇਹਨਾਂ ਦਾ ਸਹਿਯੋਗ ਦਿੱਤਾ ਹੈ ਦੀਪ ਘੁੰਮਣ ਨੇ। ਆਸ ਕਰਦੇ ਹਾਂ ਫਿਲਮ ਇੰਡਸਟਰੀ ਦੀ, ਜੇ ਆਪਾਂ ਪਿੱਲਰ ਦੀ ਗੱਲ ਕਰੀਏ, ਪੰਜਾਬੀ ਫਿਲਮ ਇੰਡਸਟਰੀ ਦੇ ਥੰਮ ਦੀ ਗੱਲ ਕਰੀਏ, ਤਾਂ ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜੀ। ਫਿਲਮ ਦੇ ਵਿੱਚ ਮੈਨੂੰ ਸਾਰੇ ਕਹਿੰਦੇ ਨੇ ਵੀ ਤੂੰ ਹੀਰੋ ਹੈ, ਹੀਰੋ ਫਿਲਮ ਦੀ ਕਹਾਣੀ ਹੈ ਜੀ, ਔਰ ਹੀਰੋ ਸਾਰਿਆਂ ਦੀ ਸਾਡੀ ਫਿਲਮ ਹੈ, ਮੈਂ ਹੀਰੋ ਨਹੀਂ ਹੈਗਾ। ਅਤੇ ਗੁਰਪ੍ਰੀਤ ਘੁੱਗੀ ਭਾਅ ਜੀ ਬਹੁਤ ਵੱਡਾ ਨਾਮ, ਹੋਬੀ ਧਾਲੀਵਾਲ ਸਰ ਹੈ ਨਾ ਜੀ, ਥੀਏਟਰ ਤੋਂ, ਅਨੀਤਾ ਦੇਵਗਨ ਮੈਡਮ ਇਸੇ ਸ਼ਹਿਰ ਤੋਂ ਅੰਮ੍ਰਿਤਸਰ ਤੋਂ, ਉਹਨਾਂ ਨਾਲ ਕੰਮ ਕੀਤਾ ਬਹੁਤ ਵਧੀਆ ਲੱਗਿਆ, ਬਹੁਤ ਕੁਝ ਸਿੱਖਿਆ। ਔਰ ਖਿਆਲੀ ਭਾਅ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੀ, ਹੈ ਨਾ ਜੀ, ਖਿਆਲੀ ਭਾਅ ਜੀ ਨਾਲ ਕੰਮ ਕੀਤਾ ਬਹੁਤ ਵਧੀਆ ਲੱਗਿਆ, ਖੁਸ਼ੀ ਜੀ, ਦੀਪ ਸਹਿਗਲ ਔਰ ਸਾਰਿਆਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਜੀ। ਅਤੇ ਇੱਕ ਵਾਹ ਕਮਾਲ ਫਿਲਮ ਬਣੀ ਹੈ ਜੀ, ਔਰ ਦੇਵੀ ਦੱਤ ਸਰ ਨੇ ਡਾਇਰੈਕਟ ਕੀਤੀ ਹੈ, ਮਾਲਵਿੰਦਰ ਸੰਧੂ ਸਾਹਿਬ ਨੇ। ਮੈਂ ਉਹੀ ਜੱਟ ਹਾਂ ਜੀ ਜਿਹਦੇ ਕੋਲ ਆਈਲੈਟਸ ਹੁੰਦੀ ਨਹੀਂ ਹੈਗੀ ਜੀ, ਅਤੇ ਆਈਲੈਟਸ ਨਾਲ ਬਹੁਤ ਪੰਗੇ ਪੈ ਰਹੇ ਨੇ ਜੀ। ਘੁੱਗੀ ਭਾਅ ਜੀ ਸਾਡੇ ਟੀਚਰ ਨੇ ਜੀ, ਉਹ ਮੈਨੂੰ ਪੜ੍ਹਾਉਂਦੇ ਨੇ, ਹੋਬੀ ਧਾਲੀਵਾਲ ਜੀ ਮੇਰੇ ਫਾਦਰ ਸਾਹਿਬ ਨੇ, ਅਨੀਤਾ ਦੇਵਗਨ ਜੀ ਮੇਰੇ ਮਦਰ ਨੇ ਜੀ, ਘਰੋਂ ਵੀ ਮੈਨੂੰ ਗਾਉਣਾ ਪੈਂਦੀ ਹੈ ਜੀ, ਪਰ ਸੁਪਨਾ ਇੱਕੋ ਹੀ ਹੈ ਜੀ ਵੀ ਕੈਨੇਡਾ ਜਾਣਾ, ਕੈਨੇਡਾ ਜਾਣਾ। ਜੋ ਅੱਜ ਦੇ ਜੱਟ ਦੇ ਮੈਂ ਕਹਿੰਦਾ ਵੀ ਆਮ ਕਹਾਣੀ ਹੈ ਜੀ, ਘਰਾਂ ਦੇ ਵਿੱਚ ਕਹਾਣੀ ਹੈ, ਜਿਵੇਂ ਮੇਰਾ ਜਿਹੜਾ ਰੀਅਲ ਬ੍ਰਦਰ ਉਹ ਵੀ ਬਾਹਰ ਗਿਆ ਹੋਇਆ, ਮੇਰਾ ਮਾਸੀ ਦਾ ਮੁੰਡਾ ਵੀ ਬਾਹਰ ਗਿਆ ਹੋਇਆ, ਤੁਹਾਡੇ ਵੀ ਰਿਸ਼ਤੇਦਾਰ ਗਏ ਹੋਣਗੇ ਜੀ ਬਾਹਰ, ਜਿਹੜੇ ਸਟੱਡੀ ਬੇਸ 'ਤੇ ਜਾਂਦੇ ਨੇ। ਸੋ ਬਹੁਤ ਖੱਜਲ ਵੀ ਹੁੰਦਾ ਜੀ, ਠੱਗਿਆ ਵੀ ਜਾਂਦਾ ਜੀ। ਸੋ ਇੱਕ ਟਰੈਵਲ ਏਜੰਟ, ਇੱਕ ਆਈਲੈਟਸ ਵਾਲਾ ਬੰਦਾ ਥੱਕਦਾ ਕਿਵੇਂ, ਉਹ ਘੁੱਗੀ ਭਾਅ ਜੀ ਨੇ ਜੀ ਟਰੈਵਲ ਏਜੰਟ ਹੈ ਨਾ, ਜਿਹੜੇ ਆਪ ਵਿਚਾਰੇ ਆਉਂਦਾ ਨਹੀਂ ਹੈਗਾ, ਜਿਹਨਾਂ ਨੂੰ ਆਈਲੈਟਸ ਦਾ ਬਹੁਤਾ, ਉਹ ਠੱਗਦੇ ਕਿਵੇਂ ਨਹੀਂ। ਸੋ ਇਹ ਸਾਰੀ ਸਿਚੁਏਸ਼ਨ ਹੈ ਜੀ। ਆਸ ਕਰਦੇ ਹਾਂ ਕਿ ਦਰਸ਼ਕਾਂ ਦੇ ਮਨੋਰੰਜਨ ਲਈ ਇਹ ਫਿਲਮ ਕਾਫੀ ਵਧੀਆ ਹੋਵੇਗੀ। ਅੰਮ੍ਰਿਤਸਰ ਤੋਂ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਹਨੀ ਮਹਿਰਾ, ਜਿਵੇ ਪੰਜਾਬ ਟੀਵੀ। ਸਕੀਮ ਲਾਈ ਹੈ ਜੱਟ ਨੇ, ਕੋਈ ਆਈਲੈਟਸ ਨਹੀਂ, ਕੋਈ ਲੱਫੜ ਨਹੀਂ, ਸਿੱਧਾ ਹੀ ਕੈਨੇਡਾ।